चांदी भस्मा दे नाल, चांदी दी अच्छा वर्का दे नाल तैयार ठीक कीता। है ठीक है जी, अगर असीं ये दोनों दे दिए तां बंदे दा वजन भी बधूगा, सेहत भी बधूगी, फेस दे उपर ग्लो भी आऊ। सिर्फ एक महीना दो सानू, एक महीने विच थोनू असीं फुटबाल खेलन ला देंगे, अच्छा जी। इस बात की साडी गारंटी है। घुट के ना बैठो, नहीं जी मैं आप बनाने जी सारा कुछ, ठीक आप है असीं जड़ी बूटियां लैके साबुत बाजार चो मिल जांदियां पीसीए पसाइयां, पर असीं खुद लिया के आप पीस के खुद तैयार करदे आं। कोई साइड इफेक्ट नहीं जी, जदों तक मैं जूंदा है मेरी 100% गारंटी है। कोई नुकसान हो जाए किसी भी टाइप का, देसी जड़ी बूटियां दा वीर जी कोई नुकसान नहीं हुंदा। तुसीं भी सोच दोवें भी भाई पता नहीं की लई बैठा ना, भाई आपां तुहाडे वास्ते अज देसी दवाइयां दा खजाना लै के आए आ। वीरे अज कल तकरीबन सारे घरां दे विच बई जी प्रॉब्लम रहिंदी आ बीमारियां दी, ठीक है। किसे नूं ब्लड प्रेशर दी प्रॉब्लम आ, बीपी दी प्रॉब्लम आ, किसे नूं सर्वाइकल दी प्रॉब्लम आ, आ लेडी दे वीरे ज्यादातर साइयां होए ने। मेन गल वीरे सोरायसिस दी ना, बहुत ज्यादा वीरे इहदे नाल डिप्रेशन रहिण लग गया, ते डिप्रेशन दी वी आपां तुहाडे वास्ते आपां मेडिसिन लै के आए। देसी दवाई दे उत्ते आपां अज गल करांगे। सब तों पहलां सति श्री अकाल जी, की हाल चाल आ ਬਾਈ? ਅੱਜ ਅਸੀਂ ਖੜੇ ਆਂਗੇ ਮਰੇਕੋਟਲੇ ਵਿੱਚ ਨਜ਼ਮ ਦਵਾਖਾਨਾ ਤੇ, ਠੀਕ ਹੈ ਜੀ। ਤੇ ਬਾਈ ਜੀ ਆਪਣੇ ਨਾਲ ਨੇ, ਤੇ ਸਾਰੀ ਗੱਲਬਾਤ ਕਰਾਂਗੇ ਆਪਾਂ ਵੀਡੀਓ ਦੇ ਵਿੱਚ। ਵੀਡੀਓ ਵਧੀਆ ਲੱਗੂ ਤੇ ਵੀਡੀਓ ਲਾਈਕ ਜ਼ਰੂਰ ਕਰ ਦਿਓ। ਦੇਸੀ ਦਵਾਈਆਂ ਦਾ ਇਲਾਜ ਲੈ ਕੇ ਆਇਆ ਜਿਹੜਾ ਕਿ ਹੋਊਗਾ ਪੱਕਾ 100% ਗਾਰੰਟੀ ਨਾਲ, ਠੀਕ ਹੈ। ਬਹੁਤ ਵੀਰ ਕਹਿੰਦੇ ਨੇ ਸੋਰਾਇਸਿਸ ਦਾ ਇਲਾਜ ਨਹੀਂ ਹੈਗਾ, ਵੀਰੇ ਸੋਰਾਇਸਿਸ ਦਾ ਪੱਕਾ ਇਲਾਜ ਵੀ ਹੈਗਾ, ਕਿਸੇ ਨੇ ਵਜਨ ਘਟਾਉਣਾ ਵਧਾਉਣਾ ਉਹਦਾ ਵੀ ਇਲਾਜ ਹੈਗਾ। ਬਾਕੀ ਆਪਾਂ ਸਾਰੀ ਵਕਤ ਗੱਲਬਾਤ ਕਰਾਂਗੇ ਬਾਈ ਨਾਲ, ਤੇ ਆਓ ਆਪਾਂ ਕਰਦੇ ਹਾਂ ਗੱਲਬਾਤ। ਬਾਈ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਆ ਬਾਈ? ਬਹੁਤ ਵਧੀਆ, ਠੀਕ ਠਾਕ ਹੋ? ਬਹੁਤ ਵਧੀਆ, ਬਹੁਤ ਵਧੀਆ। ਤੇ ਬਾਈ ਜੀ ਪਹਿਲਾਂ ਤਾਂ ਆਪਣਾ ਐਡਰੈਸ ਲਿਖਾਓ, ਆਪਾਂ ਕਿੱਥੇ ਇਸ ਟਾਈਮ ਖੜਿਆਂਗੇ? ਤੁਸੀਂ ਬੈਠੇ ਹੋ ਜੀ ਨਜ਼ਮ ਦਵਾਖਾਨਾ, ਠੀਕ ਹੈ ਜੀ। ਇਹ ਹੈ ਜੀ ਲਾਲ ਬਾਜ਼ਾਰ, ਨੇੜੇ ਪੈਂਦੀ ਹੈ ਕੁੰਦਰ ਲਾਲ ਦੀ ਧਰਮਸ਼ਾਲਾ, ਠੀਕ ਹੈ ਮਲੇਰਕੋਟਲਾ ਜੀ। ਠੀਕ ਹੈ, ਆ ਜੜੀਆਂ ਬੂਟੀਆਂ ਖਾਸੇ ਰੱਖ ਰੱਖੀਆਂ ਤੁਸੀਂ? ਹਾਂਜੀ ਵੀਰ ਜੀ, ਇਹ ਬਣਾਣੀਆਂ ਪੈਂਦੇ ਜੀ, ਜ਼ਰੂਰਤ ਅੱਛਾ ਹੈ ਵਕਤ ਦੀ ਇਹ। ਨਹੀਂ ਬਣੇ ਬਣਾਏ ਲਿਆਉਂਦੇ ਤੁਸੀਂ? ਨਹੀਂ ਜੀ ਮੈਂ ਆਪ ਬਣਾਉਂਦਾ ਜੀ ਸਾਰਾ ਕੁਝ, ਆਪ ਠੀਕ ਹੈ। ਅਸੀਂ ਜੜੀ ਬੂਟੀਆਂ ਲੈ ਕੇ ਸਾਬੁਤ ਬਾਜ਼ਾਰ ਚੋਂ ਮਿਲ ਜਾਂਦੀਆਂ ਪੀਸੀਆਂ ਪਸਾਈਆਂ, ਪਰ ਅਸੀਂ ਖੁਦ ਲਿਆ ਕੇ ਆਪ ਪੀਸ ਕੇ ਖੁਦ ਤਿਆਰ ਕਰਦੇ ਹਾਂ ਆਪਣੇ ਹੱਥਾਂ ਨਾਲ। ਮਤਲਬ 100% ਗਾਰੰਟੀ ਫੁੱਲ, 101% ਗਾਰੰਟੀ ਜੀ ਪੂਰੀ, ਠੀਕ ਹੈ ਜਿਹੜਾ ਬਾਈ। ਤੁਹਾਨੂੰ ਸਮਝ ਆਊਗਾ ਬਾਈ, ਦੇਖੋ ਨਾ ਖੁਦ ਇੱਥੇ ਸਪੈਸ਼ਲ ਤਿਆਰ ਕਰਕੇ ਦਿੰਦੇ ਨੇ ਦਵਾਈਆਂ। ਤੇ ਬਾਈ ਜੀ ਆਪਾਂ ਹੁਣ ਦੱਸ ਦੋ ਵੀ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਆਪਣੇ ਕੋਲ ਹੈਗਾਗਾ, ਠੀਕ ਹੈ। ਕਿਹੜੀ ਕਿਹੜੀ ਆਪਾਂ ਬਿਮਾਰੀ ਨੂੰ ਹੈਂਡਲ ਕਰ ਦੇਾਂਗੇ, ਸਾਰੀ ਗੱਲਬਾਤ ਦੱਸ ਦੇ। ਡਿਪਰੈਸ਼ਨ ਬਹੁਤ ਆਮ ਹੋ ਗਿਆ ਜੀ ਅੱਜ ਕੱਲ ਨੌਜਵਾਨ ਪੀੜ੍ਹੀ ਦੇ ਵਿੱਚ, ਉਹ ਦੱਸ ਨਹੀਂ ਪਾਉਂਦੇ ਕਿਸੇ ਨੂੰ, ਘੁੱਟਦੇ ਰਹਿ ਜਾਂਦੇ ਨੇ, ਰਾਤ ਰਾਤ ਭਰ ਸੌਂਦੇ ਨਹੀਂ ਮੁੰਡੇ, ਜਾਂ ਭੀੜ ਵਿੱਚ ਜਾ ਕੇ ਕਿਤੇ ਕਤਰਾਉਂਦੇ ਨੇ, ਉਹਨਾਂ ਨੂੰ ਘੁੱਟਣ ਹੋ ਜਾਂਦੀ ਹੈ, ਸਾਹ ਰੁਕ ਜਾਂਦੇ ਆ, ਇਸ ਤਰ੍ਹਾਂ ਦੇ ਬਹੁਤ ਮੇਰੇ ਕੋਲੇ ਕੇਸ ਆਉਂਦੇ ਨੇ। ਤਾਂ ਉਹਨਾਂ ਵੀਰਾਂ ਨੂੰ ਮੈਂ ਕਹੂੰਗਾ, ਭੈਣਾਂ ਨੂੰ ਕਿ ਆਓ ਸਾਡੇ ਕੋਲੇ, ਸਿਰਫ ਇੱਕ ਮਹੀਨਾ ਦੋ ਸਾਨੂੰ, ਇੱਕ ਮਹੀਨੇ ਵਿੱਚ ਤੁਹਾਨੂੰ ਅਸੀਂ ਫੁੱਟਬਾਲ ਖੇਲਣ ਲਾ ਦਾਂਗੇ, ਅੱਛਾ ਜੀ। ਇਸ ਬਾਤ ਦੀ ਸਾਡੀ ਗਾਰੰਟੀ ਹੈ, ਘੁੱਟ ਕੇ ਨਾ ਬੈਠੋ, ਠੀਕ ਹੈ। ਔਰ ਵੀਕਨੈਸ ਹੈ ਅਗਰ ਉਹਨੂੰ ਬੋਡੀ ਵਿੱਚ, ਉਹਨੂੰ ਸਰਵਾਈਕਲ ਹੈ, ਸਰਵਾਈਕਲ ਦੀ ਵੀ ਤੁਸੀਂ, ਤੁਹਾਨੂੰ 10-10 ਸਾਲ ਹੋ ਗਏ ਦਵਾਈਆਂ ਖਾਂਦੇ ਨੂੰ, ਸਾਨੂੰ ਸਿਰਫ 2 ਮਹੀਨੇ ਦਿਓ, ਤੁਸੀਂ 2 ਮਹੀਨੇ ਵਿੱਚ ਤੁਹਾਡਾ ਸਰਵਾਈਕਲ ਠੀਕ ਕਰਾਂਗੇ, ਠੀਕ ਹੈ। ਸਿਹਤ ਨਹੀਂ ਬਣਦੀ ਬੰਦੇ ਦੀ, ਖਾਣਾ ਖਾਂਦਾ ਬੰਦਾ, ਉਸ ਤੋਂ ਫੌਰਨ ਬਾਅਦ ਉਹਨੂੰ ਲੈਟਰੀਨ ਆ ਜਾਂਦੀ ਹੈ, ਉਹ ਤਾਂ ਸਿਹਤ ਕਿੱਦਾਂ ਬਣੂਗੀ? ਮਿੱਦਾ ਨਹੀਂ ਚੱਲਦਾ, ਮਿੱਦਾ ਕਮਜ਼ੋਰ ਹੈ, ਤਾਂ ਲੋਕ ਕਹਿੰਦੇ ਜੀ ਲੀਵਰ ਦੀ ਪ੍ਰੋਬਲਮ ਹੈ, ਲੀਵਰ ਦੀ ਨਹੀਂ, ਇਹ ਮਿੱਦਾ ਕਮਜ਼ੋਰ ਹੈ, ਠੀਕ ਹੈ। ਉਹਦੇ ਵਾਸਤੇ ਵੀ ਆ ਦੇਖੋ ਸਾਡੇ ਕੋਲੇ ਮਾਜੂਨ ਬਣਾਇਆ ਸਪੈਸ਼ਲ, ਠੀਕ ਹੈ। ਆਪ ਇਸ ਸਭ ਜੜੀ ਬੂਟੀਆਂ ਦਾ ਪੀਸ ਕੇ ਅਸੀਂ ਬਣਾ ਕੇ ਰੱਖਿਆ ਹੋਇਆ ਹੈ, ਔਰ ਨਾਲ ਅਗਰ ਅਸੀਂ ਇਹਦੇ ਕੰਬੋ ਪੈਕ ਦੇ ਦਈਏ, ਆ ਦੇਖੋ ਚਾਂਦੀ ਭਸਮਾ ਦੇ ਨਾਲ, ਚਾਂਦੀ ਦੀ ਅੱਛਾ ਵਰਕਾ ਦੇ ਨਾਲ ਤਿਆਰ ਠੀਕ ਹੈ। ਕੀਤਾ। ਠੀਕ ਹੈ ਜੀ, ਅਗਰ ਅਸੀਂ ਇਹ ਦੋਨੋਂ ਦੇ ਦਈਏ ਤਾਂ ਬੰਦੇ ਦਾ ਵਜਨ ਵੀ ਵਧੂਗਾ, ਸਿਹਤ ਵੀ ਵਧੂਗੀ, ਫੇਸ ਦੇ ਉੱਪਰ ਗਲੋ ਵੀ ਆਊਗੀ ਬੰਦੇ। ਇਹ ਮਤਲਬ ਮੇਰੀ, ਇਹ ਮੇਰੇ ਵਾਸਤੇ ਦਵਾਈ ਹੈ? ਨਹੀਂ ਵੀਰ ਜੀ, ਬਦਲ ਕੇ ਤੁਹਾਡੇ ਵਾਸਤੇ ਨਹੀਂ। ਅੱਛਾ, ਇਹ ਤੁਸੀਂ ਤਾਂ ਫਿਰ ਖਾ ਕੇ ਇਹਨੂੰ ਹੋਰ ਜ਼ਿਆਦਾ ਉਹ ਬਣ ਜਾਓਗੇ। ਅੱਛਾ, ਮੋਟਾ ਹੋਣ ਵਾਸਤੇ? ਇਹ ਮੋਟਾ ਹੋਣ ਵਾਸਤੇ, ਠੀਕ ਹੈ। ਘਟਾਉਣ ਵਾਸਤੇ ਹੈ ਕੁਛ? ਘਟਾਉਣ ਵਾਸਤੇ ਹੈ ਜੀ, ਤੁਹਾਡੇ ਵਾਸਤੇ, ਠੀਕ ਹੈ। ਆਪ ਹੀ ਹੈ ਘਟਾਉਣ ਵਾਸਤੇ, ਕੋਈ ਇਹਦਾ ਸਾਈਡ ਇਫੈਕਟ? ਕੋਈ ਸਾਈਡ ਇਫੈਕਟ ਨਹੀਂ ਜੀ, ਜਦੋਂ ਤੱਕ ਮੈਂ ਜੂੰਦਾ ਹੈ ਮੇਰੀ 100% ਗਾਰੰਟੀ ਹੈ, ਕੋਈ ਨੁਕਸਾਨ ਹੋ ਜਾਵੇ ਕਿਸੇ ਵੀ ਟਾਈਪ ਦਾ, ਦੇਸੀ ਜੜੀ ਬੂਟੀਆਂ ਦਾ ਵੀਰ ਜੀ ਕੋਈ ਨੁਕਸਾਨ ਨਹੀਂ ਹੁੰਦਾ। ਆ ਜਿਹੜੀ ਦਵਾਈ 1 ਮਹੀਨੇ ਦੀ ਹੈ, ਅਗਰ ਤੁਸੀਂ ਇਹ 2 ਦਿਨ ਦੀ ਬਜਾਏ, 3 ਦਿਨ ਦੀ ਬਜਾਏ ਤੁਸੀਂ ਇਹ 1 ਦਿਨ 'ਚ ਖਾ ਜਾਓਗੇ, ਤਾਂ ਵੀ ਕੋਈ ਨੁਕਸਾਨ ਨਹੀਂ ਹੋਣਾ। ਓਕੇ, ਤਾਂ ਵੀ ਕੋਈ ਸਾਈਡ ਇਫੈਕਟ ਨਹੀਂ ਹੋਣਾ ਹੈਗਾ, ਠੀਕ ਹੈ। ਕਿਉਂਕਿ ਸਾਨੇ ਕੁਝ ਵੀ ਇਹ 'ਚ ਐਸਾ ਨਹੀਂ ਮਿਲਾਇਆ, ਕੋਈ ਐਲੋਪੈਥਿਕ ਮੈਡੀਸਿਨ ਨਹੀਂ ਮਿਲਾਈ, ਕੋਈ ਕੈਮੀਕਲ ਨਹੀਂ ਸਾਨੇ ਮਿਲਾਇਆ ਹੈ, ਇਹ 100% ਆਯੁਰਵੈਦਿਕ ਹੈ, ਠੀਕ ਹੈ। ਵੀਰ ਜੀ, ਜ਼ਿਆਦਾਤਰ ਨਾ ਘਰ ਦੇ ਵਿੱਚ ਅੱਜ ਕੱਲ੍ਹ ਹਰੇਕ ਘਰ ਦੇ ਵਿੱਚ ਇਹੀ ਪ੍ਰੋਬਲਮ ਆ, ਜ਼ਿਆਦਾਤਰ ਬਲੱਡ ਪ੍ਰੈਸ਼ਰ ਦੀ, ਬੀਪੀ ਵੱਧਦਾ ਘਟਦਾ, ਉਹਦੇ ਬਾਰੇ ਥੋੜਾ ਦੱਸੋ। ਬੀਪੀ ਦੇਖੋ ਜੀ, ਕੋਈ ਪਹਿਲੀ ਗੱਲ ਤਾਂ ਬਿਮਾਰੀ ਨਹੀਂ ਹੈ, ਆਪਣਾ ਖਾਣਾ ਪੀਣਾ, ਆਪਣਾ ਰਹਿਣ ਸਹਿਣ ਹੈ, ਜੈਸਾ ਆਪਾਂ ਖਾਵਾਂਗੇ ਬੋਡੀ ਉਸੇ ਅੱਗੇ ਰਿਐਕਟ ਕਰੂਗੀ ਜੀ, ਠੀਕ ਹੈ ਜੀ। ਆਪਾਂ ਆਪਣਾ ਖਾਣਾ ਪੀਣਾ ਬਦਲੀਏ, ਸਾਦੇ ਭੋਜਨ ਵੱਲ ਆ ਜਾਈਏ, ਤਾਂ ਬੀਪੀ ਆਪਾਂ 80% ਖੁਦ ਕੰਟਰੋਲ ਕਰ ਲਾਂਗੇ ਘਰੇ। ਅੱਛਾ ਜੀ, ਔਰ ਤੁਹਾਨੂੰ ਇਲਾਜ ਸਾਰੀ ਜ਼ਿੰਦਗੀ ਕਰਾਉਣਾ ਪਊਗਾ, ਲੇਕਿਨ ਸਾਨੂੰ ਸਿਰਫ ਤੁਸੀਂ 3 ਮਹੀਨੇ ਦੇ ਦਿਓ, ਮੁੜ ਕੇ ਤੁਹਾਨੂੰ ਕੋਈ ਗੋਲੀ ਖਾਣ ਦੀ ਲੋੜ ਨਹੀਂ, ਤੁਹਾਡਾ ਬੀਪੀ ਨੋਰਮਲ ਲੈ ਕੇ ਆਵਾਂਗੇ, ਮੁੜ ਕੇ ਉਸ ਤੋਂ ਬਾਅਦ ਤੁਹਾਡੀ ਦਵਾਈ ਹਮੇਸ਼ਾ ਲਈ ਬੰਦ। ਠੀਕ ਆ, ਤੇ ਇੱਕ ਨਾ ਇੱਕ ਦੋ ਭੈਣਾਂ ਦੇ ਮੈਨੂੰ ਮੈਸੇਜ ਵੀ ਆਏ ਨੇ ਕਿ ਵੀ ਸੋਰਾਇਸਿਸ ਦਾ ਇਲਾਜ ਨਹੀਂ, ਸਾਡਾ ਦਿਲ ਕਰਦਾ ਵੀ ਅਸੀਂ ਮਰ ਜਾਈਏ, ਸੱਚੀ ਗੱਲ ਹੁੰਦੀ ਹੈ? ਬਿਲਕੁਲ ਸਹੀ ਗੱਲ ਜੀ,
और उन्होंने चैन नहीं आती, हर टाइम वह खाज करते रहते हैं, दिन और रात परेशान रहते हैं। तो साढ़े को ले आओ, असी 2 महीने के बंदे का सोराइसिस एक्जिमा जड़ तो खत्म करांगे। या पिंपल बहुत कुड़ियां दे बच्चियां दे हैगे, तुसी देखदे हो जी जी मुंडियां दे जी हैगे, वो दवाइयां खांदे ने, उन्होंने 6-6 महीने हो गए, सिर्फ सानू 2 महीने दो, असी फेस बिल्कुल एन चमका दें, ठीक है साफ कर दें। जी। मैं साइयां वगैरह होंगे ने भी क्लियर छाइयां, छाइयां का थोड़ा जहा लंबा प्रोसेस है, 3-4 महीने लग सकते हैं, ठीक है लेकिन ये भी ठीक हो जाऊगा। ठीक है और छाइयां वाले मैं स्पेशली कहना चाहूंगा, मेरे को आने तो पहला या नहीं आना चाहते तां फॉलिक एसिड की कमी है, तुम अपने घरे बादाम खाओ और वह चीज़ा दिखाओ जिन्हें फॉलिक एसिड है। तो मेरे को आने तो पहला जो तुम महीना खा लोगे तुम्हें बहुत फर्क पै जूगा थोड़े बच्चे, ठीक है उस तो बाद थोड़ा जो मेरी गल पर यकीन आ जाए तो मेरे को आ जाओ। ठीक है वीरे। जिमें हुण कोई मतलब कोई बाई बाहरों आउंदा गा है ना, ठीक है, चाहे इत्थों ही आउंदा, उहनूं कोई दिक्कत आ, परेशानी आ गई, प्रॉब्लम आ गई, बीमारी आ गई, ठीक है, तुसीं उहनूं पहलां चैक करके फिर ही हैंडल करदे आ किदां? हाँ, चेक करके देवांगे, या फोन ते अगला साडे नाल डिटेल च गल करे, 8-10 सवाल हुंदे। लोग कहिंदे ने कि देसी दवाइयां जड़ तो खात्मा करदियां है, तां सानू भी बीमारी दी जड़ तक वीर जी पहुंचना पैंदा है जी भी बीमारी कित्थों शुरू हुई है, की कारण सी उहदा। थोड़े जे 8-10 सवाल डिटेल च जाके असीं दवाई कोरियर भी करा देंगे, कोई ठीक है, दिक्कत नहीं जब है, कोई बीमारी नहीं समझ लगती फिर ठीक फिर सानू जवाब है, फिर है। असीं रैफर कर दिंदे हां मरीज नूं। असीं गलत कम नहीं करदे, जिहड़ी चीज़ सानू नहीं समझ आऊगी असीं मना कर दिंदे, ठीक साढ़े है, बस दी नहीं है। हाँ, राह पा देंगे, राह पा देंगे, राह पा देंगे। ठीक है। माइग्रेन दे विच की हुंदा ये भी ज्यादा चीज प्रॉब्लम है माइग्रेन है जी, कई बार ना पेशेंटा नू किसी टाइम च नजला रहता है बहुत ज्यादा, है ना, ते जी। बार बार नजला रहता है, वो एंटी एलर्जिक एंटीबायोटिक गोलियां खाते हैं, तो उन्होंने सिर के अंदर जो रेशा हैगा नजला वो जम जाता है, वो जमन करके जो सप्लाई है ब्लड की वो घट जाती है, नाड़ा के जी बहुत भाई बरीक नाड़ा ने, जी वो सप्लाई घट गई, तो वह दर्द है जी, असी वह रेशा पघला के बाहर कढ दिंदे हां साडी देसी जड़ी बूटियां नाल, और माइग्रेन हमेशा लिए बंदे दा ठीक हो जाता है। ते उस तो पहला वह थोड़ा जहा खुद भी परहेज करन, फ्राइड खाने छड़न, और सन एक्सपो लाइट कोलो बचन, ज्यादा लाइट वाली खुशबू लगाना छड़ दन, ते बड़ा सिंपल है जी, कुछ ठीक भी है। नहीं है। ते इना कुछ साइड इफेक्ट है दवाइयां दा नहीं देसी बीर दा? जी, साइड इफेक्ट कोई नहीं होगा अपनी ठीक दवाई है। दा, पूरी गारंटी है ते मेरे दूसरी कोल। गल करदा भी मैं, ये बच्चों वास्ते हैगी ना अपने कोल दवाइयां, या कल्ले मतलब जंग मैन ले सकदे ने? नहीं, बच्चे वास्ते भी हैगी जी, ठीक है असी सारे जे सानू लगे छोटी मोटी प्रॉब्लम है ना, तो असी ओदे दवाई दे दिंदे, कोई दिक्कत नहीं ज्यादातर मैं खुद भी बच्चे है घर दे विच भी ये देखण नूं मिलदा बच्चों नूं, ज्यादातर ना जिहड़ी खांसी आई वो दूसरी तरह दी हुंदी है, जिवें कई बार तां ना जी। बोलिया भी नहीं आता, ये तरीके नाल उहनूं खांसी हो जांदी है। हाँ, वो बहुत टाइम तो खिंची आंदे ने जी बीमारी नूं नाल, आपां देखदे आ बच्चे दे रेशा नक चो निकलदा हुंदा है जी ना लगातार, वो नहीं गौर करते, फिर करते 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 जिहड़े अपने फेफड़े इन्फेक्टेड हो जाते हैं जी, वो कितना कितने कमजोर हो जाते हैं। ओके इनू छोटा ना लो, बच्चे दे जिहड़ा जुकाम है इनू हल्का ना लो, फौरन अपने नजदीकी डॉक्टर नू मिलके उहदा हल करो, ठीक है तां फेफड़े ताकि अपने स्वस्थ रहन। ठीक है। लो मित्रों, ये तुहाडे वास्ते वीरे देसी दवाइयां दा खजाना सीगा। जिहड़े वीर कहिंदे ना भी चामड़ी दे रोग दा इलाज नहीं हैगा, तां भाई आजो, चामड़ी दे रोग भी वीरे सही करदे ने, दर्द साइयां, पुरानी खांसी, नजला नुजला वीरे सारी गल्लबात हुंदी हो जूगी सही। ते बाकी शर्तिया लाया बाई दा, ते भाई अपना ना एड्रेस की है, एक बारी समझा दो दोबारे। नजम दवाखाना जी, लाल बाजार, नेड़े कुंदन लाल दी धर्मशाला, ठीक है मलेरकोटला। ओके। मित्रों मोबाइल नंबर स्क्रीन पे चल रहा होगा, किसी वीर ने कोई जानकारी लेनी आ तां मोबाइल नंबर स्क्रीन पे आ, बाई बन के एक हाथ बन के बेनती आ कि बाई 8 बजे तो लैके रात नूं 8 बजे तक कॉल कर लियो, ठीक है, क्यों मेरे हरेक दी मतलब फैमिली हुंदी आ, ठीक है जी, टाइम स्पेंड करना जरूरी हुंदा हैगा, ठीक है, तो बाई बन के 8 बजे तो लैके 8 बजे तक कॉल कर लियो, ठीक है जी। बाई है, सत श्री अकाल जी, बहुत वधिया लगा तुहाडे नाल गल करके, धन्यवाद।